ਕੇਸ ਕੀ ਤੇ ਫਿਰ ਉਹਦੇ ਬਾਅਦ ਸਰਦਾਰ ਬਲਬ ਸਿੰਘ ਤੇ ਫਿਰ ਰਾਮ ਨਹੀ ਕੁਛ ਕਰਦਾ ਕੰਮੂ ਦੇਵੀ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼ ਚੜ੍ਹਦੀ ਹੋਵੇ ਕਲਾ ਤੇਰੇ ਗਾਣੇ ਸਰਬੱਤੀਆਂ ਕਾ ਗਲਾ ਅਰਦਾਸ ਦੀਆਂ ਪੰਕਤੀਆਂ ਪੜ੍ਹ ਕੇ ਤੇ ਅਰਦਾਸ ਤੋਂ ਸ਼ੁਰੂ ਕਰਕੇ ਬਾਅਦ ਵਿੱਚ ਦੇਵੀ ਦੇਵਤਿਆਂ ਦਾ ਨਾਂ ਲੈਣਾ ਹੋਰ ਤੇ ਨਾਂ ਲੈ ਕੇ ਬੋਲਣਾ ਰਾਮ ਰਾਮ ਕਰਨਾ ਜੋ ਕਿ ਸਿੱਖ ਧਰਮ ਦੀ ਬਿਲਕੁਲ ਇਸ 'ਤੇ ਨਿਰਾਦਰੀ ਕੀਤੀ ਗਈ। ਸਿੱਖ ਕੌਮ ਕਿਸੇ ਦੇਵੀ ਕਿਸੇ ਦੇਵਤੇ ਦਾ ਪੁਜਾਰੀ ਨਹੀਂ, ਸਿੱਖ ਗੁਰੂ ਨਾਨਕ ਦੇਵ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਆ। ਪਿਛਲੇ ਦਿਨੀ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਦੇਸ਼ ਭਰ 'ਚ ਮਨਾਇਆ ਗਿਆ। ਅਜਿਹੇ 'ਚ ਗੁਰੂ ਹਰ ਸਹਾਇ ਦੇ ਪਿੰਡ ਮੋਹਨਕੇ ਹਿਠਾੜ 'ਚ ਬਣੇ ਸਰਕਾਰੀ ਕਾਲਜ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ। ਇਸ ਦੌਰਾਨ ਕੁਝ ਨੌਜਵਾਨਾਂ ਨੇ ਖੇਡ ਮੰਤਰੀ ਰਾਣਾ ਸੋਢੀ ਤੇ ਸ਼ਹੀਦ ਊਧਮ ਸਿੰਘ ਦਾ ਨਾਮ ਗਲਤ ਬੋਲਣ ਦੇ ਇਲਜ਼ਾਮ ਵੀ ਲਗਾਏ। ਇਸ ਦੇ ਨਾਲ ਹੀ ਹੁਣ ਕੁਝ ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਗਾਏ ਕਿ ਰਾਣਾ ਸੋਢੀ ਦੀ ਮੌਜੂਦਗੀ 'ਚ ਗਲਤ ਅਰਦਾਸ ਕੀਤੀ ਗਈ ਹੈ। ਪਹਿਲਾਂ ਦੇਖੋ ਤੁਸੀਂ ਇਹ ਪੂਰੀ ਵੀਡੀਓ, ਫਿਰ ਤੁਹਾਨੂੰ ਦੱਸਦੇ ਹਾਂ ਕਿ ਸਿੱਖ ਜਥੇਬੰਦੀਆਂ ਵੱਲੋਂ ਹੁਣ ਕੀ ਮੰਗ ਕੀਤੀ ਜਾ ਰਹੀ ਹੈ। ਅਨੰਤ ਰਾਮ ਮਹਾਂਪੁਰਖੀ ਦਾਸ, ਮਹੰਤ ਰਾਮ ਦਾਸ, ਮਹੰਤ ਦੇਵੀ ਦਿਆਲ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸਿੱਖੇ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗੌਤੀ ਜੀ ਸਹਾਇ ਵਾਰ, ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹ ਦਾਸ, ਪ੍ਰਿਥਮ ਭਗੌਤੀ ਸਿਮਰਖ, ਸ਼੍ਰੀ ਗੁਰੂ ਨਾਨਕ ਲਈ ਰਾਮ ਸਿੰਘ ਸਾਹਿਬ ਜੀ ਮਹਾਰਾਜ, ਸਮੂਹ ਦੇਵੀ ਦੇਵਤਾ ਬ੍ਰਹਮਾ ਵਿਸ਼ਨੂੰ ਮਹੇਸ਼, ਚੜ੍ਹਦੀ ਹੋਵੇ ਕਲਾ ਤੇਰੇ ਗਾਣੇ ਸਰਬੱਤੀਆਂ ਕਾ ਗਲਾ। ਫਿਰੋਜ਼ਪੁਰ ਦੇ ਗੁਰਦੁਆਰਾ ਸਾਹਿਬ 'ਚ ਸਿੱਖ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ, ਜਿਸ ਦੌਰਾਨ ਉਹਨਾਂ ਇਲਜ਼ਾਮ ਲਗਾਏ ਕਿ ਰਾਣਾ ਸੋਢੀ ਨੇ ਪਹਿਲਾਂ ਤਾਂ ਆਪਣੀ ਸਪੀਚ 'ਚ ਸ਼ਹੀਦ ਊਧਮ ਸਿੰਘ ਦਾ ਨਾਮ ਗਲਤ ਬੋਲਿਆ ਅਤੇ ਬੁੱਤ ਹੇਠਾਂ ਵੀ ਲੱਗੀ ਇਤਿਹਾਸ ਦੀ ਪਲੇਟ 'ਚ ਉਹਨਾਂ ਦਾ ਨਾਮ ਗਲਤ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਬੁੱਤ ਦੀ ਸਥਾਪਨਾ ਕਰਨ ਸਮੇਂ ਅਰਦਾਸ ਦੀ ਬੇਅਦਬੀ ਕੀਤੀ ਗਈ ਹੈ ਅਤੇ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਮੇਰਾ ਨਾਮ ਭਾਗ ਸਿੰਘ ਹੈ ਜੀ, ਢਾਡੀ ਨਾਥਮਲ, ਢਾਡੀ ਅਬਦੁੱਲਾ ਜੀ, ਰਾਗੀ ਢਾਡੀ ਸਭਾ ਇਕਾਈ ਦੇ ਪ੍ਰਧਾਨ ਮੱਲਾਂ ਵਾਲੇ ਤੋਂ। ਭਾਈ ਸਾਹਿਬ, ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਈ ਹੈ, ਉਸ ਵੀਡੀਓ ਬਾਰੇ ਸਾਡਾ ਤਾਂ ਕਹਿਣਾ ਵੀ ਇਹ ਬਿਲਕੁਲ ਬਹੁਤ ਗਲਤ ਹਰਕਤ ਕੀਤੀ ਗਈ ਹੈ, ਕਿਉਂਕਿ ਸਿੱਖਾਂ ਦੀ ਮੌਜੂਦਗੀ ਦੇ ਵਿੱਚ ਇੱਕ ਨੰਗੇ ਸਿਰ ਅਰਦਾਸ ਦੀ ਗੁਰਬਾਣੀ ਦੀਆਂ ਜਾਪ ਕਰਕੇ, ਗੁਰਬਾਣੀ ਦੀਆਂ ਪੰਕਤੀਆਂ ਨੂੰ ਪੜ੍ਹ ਕੇ ਅਤੇ ਅਰਦਾਸ ਨੂੰ ਗਲਤ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਨੰਗੇ ਸਿਰ, ਜੋ ਉੱਥੇ ਕਈ ਹੋਰ ਵੀ ਲੋਕ ਮੌਜੂਦ ਸਨ। ਇਹ ਬਹੁਤ ਮਾੜੀ ਘਟਨਾ ਹੈ ਜੋ ਸਿੱਖ ਕੌਮ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਾਤਕ ਸਾਬਤ ਹੋਵੇਗੀ। ਹਾਂਜੀ, ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਵੀ ਅਰਦਾਸ ਕਰਨ ਵਾਲੇ ਨੂੰ ਸੱਦਿਆ ਗਿਆ, ਜਿਹਨੇ ਵੀ ਅਰਦਾਸ ਕੀਤੀ ਹੈ, ਜਿਨ੍ਹਾਂ ਨੇ ਉਹਨਾਂ ਨੂੰ ਸੱਦਿਆ ਜਾਂ ਜਿਹਨੇ ਅਰਦਾਸ ਕੀਤੀ ਹੈ, ਉਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ। ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਹੋਈ ਹੈ ਉਹਨਾਂ 'ਤੇ ਵੀ ਕਾਰਵਾਈ ਹੋਣੀ ਜ਼ਰੂਰੀ ਹੈ। ਅਸੀਂ ਪੰਜਾਬ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹਨਾਂ 'ਤੇ ਪਰਚਾ ਦਰਜ ਕੀਤਾ ਜਾਏ ਅਤੇ ਜਿਹੜੇ ਇਸ ਵਿੱਚ ਮੌਜੂਦ ਸਨ ਸਿੱਖ ਕੌਮ ਦੇ ਨਾਲ ਸੰਬੰਧ ਰੱਖਣ ਵਾਲੇ, ਜਿਨ੍ਹਾਂ ਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਉਹਨਾਂ 'ਤੇ ਵੀ ਕਾਰਵਾਈ ਹੋਣੀ ਜ਼ਰੂਰੀ ਚਾਹੀਦੀ ਹੈ। ਲਖਵੀਰ ਸਿੰਘ ਮਾਲਮ, ਗੁਰੂ ਗ੍ਰੰਥ ਸਤਿਕਾਰ ਕਮੇਟੀ ਪੰਜਾਬ। ਭਾਈ ਲਖਵੀਰ ਸਿੰਘ ਜੀ, ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਈ ਹੈ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ, ਜਿਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਿਲਕੁਲ ਵੀਡੀਓ ਵੇਖੀ ਹੈ ਜੋ ਬਿਲਕੁਲ ਉਹਦੇ 'ਚ ਨਿਰਾਦਰੀ ਕੀਤੀ ਗਈ ਅਰਦਾਸ ਦੀ, ਅਰਦਾਸ ਦੀਆਂ ਪੰਕਤੀਆਂ ਪੜ੍ਹ ਕੇ ਅਤੇ ਅਰਦਾਸ ਤੋਂ ਸ਼ੁਰੂ ਕਰਕੇ ਬਾਅਦ ਵਿੱਚ ਦੇਵੀ ਦੇਵਤਿਆਂ ਦਾ ਨਾਂ ਲੈਣਾ, ਹੋਰ ਤੇ ਨਾਂ ਲੈ ਕੇ ਬੋਲਣਾ ਰਾਮ ਰਾਮ ਕਰਨਾ, ਜੋ ਕਿ ਸਿੱਖ ਧਰਮ ਦੀ ਬਿਲਕੁਲ ਇਸ 'ਤੇ ਨਿਰਾਦਰੀ ਕੀਤੀ ਗਈ। ਸਿੱਖ ਕੌਮ ਕਿਸੇ ਦੇਵੀ ਕਿਸੇ ਦੇਵਤੇ ਦਾ ਪੁਜਾਰੀ ਨਹੀਂ, ਸਿੱਖ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਆ, ਗੁਰੂ ਸ਼ਬਦ ਦਾ ਪੁਜਾਰੀ ਆ। ਅਤੇ ਸਾਡੇ ਸਾਨੂੰ ਉਹਦੇ ਵਲੀਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਪੰਜਾਬ ਸਰਕਾਰ ਤੋਂ, ਪ੍ਰਸ਼ਾਸਨ ਤੋਂ ਇਸ ਚੀਜ਼ ਦੀ ਮੰਗ ਕਰਦੇ ਹਾਂ, ਤੁਰੰਤ ਉਸ ਪੰਡਿਤ ਦਾ ਕਿੰਨੇ ਅਰਦਾਸ ਕੀਤੀ ਆ ਅਤੇ ਜਿਹੜੇ ਨਾਲ ਬੰਦੇ ਸੀ ਉਸ ਟਾਈਮ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਜੇ ਨਾ ਕਾਰਵਾਈ ਕੀਤੀ ਗਈ ਤਾਂ ਅਸੀਂ ਪੰਜਾਬ ਦੀਆਂ ਸਾਰੀ ਸਿੱਖ ਕੌਮ ਅਪੀਲ ਕਰਾਂਗੇ, ਵੱਡਾ ਇਕੱਠ ਕਰਕੇ ਹਾਈਵੇ ਬੰਦ ਕਰਕੇ ਕਾਰਵਾਈ ਕਰਾਵਾਂਗੇ। ਦੂਸਰੀ ਗੱਲ, ਕਾਂਗਰਸ ਨੂੰ ਮੈਂ ਬੇਨਤੀ ਕਰਨਾ, ਕੈਪਟਨ ਅਮਰਿੰਦਰ ਸਿੰਘ ਨੂੰ, ਤੁਹਾਡੇ 'ਤੇ ਅਗਲਾ 84 ਦਾ ਧੱਬਾ ਲੱਥਾ ਨਹੀਂ ਗਾ, ਤੁਹਾਡੇ 84 ਲੱਗਾ ਧੱਬਾ ਹਜੇ ਲੱਥਾ ਨਹੀਂ ਗਾ, ਤੁਸੀਂ ਹੋਰ ਧੱਬੇ ਲਵਾ ਰਹੇ ਜੇ। ਇਹ ਧੱਬਾ ਅਗਲਾ ਅਰਦਾਸ ਦੀ ਬੇਦਬੀ ਕੀਤੀ, ਤੁਹਾਡੇ ਲੈਣਾ ਨਹੀਂ ਗਾ, ਤੁਰੰਤ ਰਾਣੇ ਸੋਢੀ 'ਤੇ ਤੋਂ ਦੇ ਕਿਹੜੇ ਉਹ ਝਕੇਤਿਆਂ 'ਤੇ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਕੌਮ ਇੱਥੇ ਵੱਡਾ ਸੰਘਰਸ਼ ਵਿੱਢੇਗੀ ਅਤੇ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਤੇ ਰਾਣਾ ਗੁਰਮੀਤ ਸੋਢੀ ਦੀ ਹੋਵੇਗੀ ਤੇ ਇੱਥੋਂ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਕੀ ਲੱਗਦਾ ਜਿਹੜੀ ਤੁਸੀਂ ਵੇਖੋ, ਅਸੀਂ ਮੰਗ ਕਰ ਰਹੇ ਹਾਂ ਕਾਰਵਾਈ ਕਰਨ ਦੀ, ਤੇ ਸਾਨੂੰ ਖਾਲਸਾ ਪੰਥ ਨੂੰ ਕਾਰਵਾਈ ਕਰਾਉਣੀ ਵੀ ਆਉਂਦੀਆਂ ਨੇ।
जे ना करो सू सारे रस्ते आ रहे फिर दूजी का कार्रवाई करा लाँगे ना करो दूजी कार्रवाई सू करा आती है। दस दी कि सिख जथेबंदियों वालों मीटिंग करने तों बाद पंजाब सरकार अते पुलिस प्रशासन तो मांग की गई है कि खेड मंत्री राणा सोढी अते गलत अरदास करने वाले व्यक्ति ते सख्त तो सख्त कार्रवाई की जाए। इस दे नाल ही उन्हें चेतावनी दी है कि जेकर अजिहा ना होया तां पंजाब भर च सिख जथेबंदियों वालों धरना प्रदर्शन किया जाएगा। फिरोजपुर तो परमजीत पम्मा, पंजाबी लोक चैनल।